ਤੇ ਅਸੀਂ ਇਹੋ ਹੀ ਚਾਹੁੰਦੇ ਹਾਂ ਵੀ ਮਤਲਬ ਹਰੇਕ ਨੂੰ ਫਲ ਵਾਲੇ ਬੂਟੇ, ਦੂਜੇ ਬੂਟੇ, ਜਿੰਨੀ ਵੀ ਜਗ੍ਹਾ ਸਾਡੇ ਕੋਲ ਜਗ੍ਹਾ ਥੋੜੀ, ਪਰ ਫਿਰ ਵੀ ਅਸੀਂ ਗਮਲਿਆਂ ਦੇ ਵਿੱਚ ਲਾਏ ਨੇ ਬੂਟੇ, ਲਾਉਣੇ ਚਾਹੀਦੇ ਵੱਧ ਤੋਂ ਵੱਧ। ਇਹ ਬਹੁਤ ਮਤਲਬ ਵਧੀਆ ਆਕਸੀਜਨ ਦਿੰਦੇ ਨੇ, ਹਰਿਆਲੀ ਆ, ਵਧੀਆ ਲੱਗਦੀ ਘਰ ਦੇ ਵਿੱਚ ਜਦੋਂ ਉੱਠੀ ਦਾ ਸਵੇਰੇ, ਹਰਿਆਲੀ ਵਧੀਆ ਲੱਗਦੀ ਜਦੋਂ ਉੱਠੀ ਦਾ, ਵੱਧ ਬਹੁਤ ਵਧੀਆ ਲੱਗਦੀ। ਕਿੰਨੇ ਸਾਰੇ ਪ੍ਰਕਾਰ ਦੇ ਲਾਏ ਨੇ? ਇਹ ਤੇ ਕੋਈ ਗਿਣਤੀ ਨਹੀਂ ਕਿੰਨੇ ਪ੍ਰਕਾਰ ਦੇ, ਮੈਨੂੰ ਯਾਦ ਨਹੀਂ ਹੈਗਾ ਕਿੰਨੇ ਪ੍ਰਕਾਰ ਦੇ। ਤੇ ਬਹੁਤ ਵਧੀਆ ਹਰੇਕ ਪ੍ਰਕਾਰ ਦੇ, ਉਤਰਾ ਮਹਿੰਗੇ ਤੋਂ ਮਹਿੰਗੇ ਅਸੀਂ ਬੂਟੇ ਲਿਆ ਕੇ ਲਾਏ ਨੇ, ਤੇ ਚਾਹੀਦਾ ਹਰੇਕ ਨੂੰ। ਕਿੰਨੀ ਕੁ ਮਿਹਨਤ ਹੈ? ਮਿਹਨਤ ਤਾਂ ਬਹੁਤ ਜ਼ਿਆਦਾ, ਜੇ ਬੱਚਿਆਂ ਵਾਂਗ ਹੀ ਆ, ਜਿਸ ਤਰ੍ਹਾਂ ਬੱਚੇ ਪਾਲੀ ਦੇ ਇਸੇ ਤਰ੍ਹਾਂ ਇਹਨਾਂ ਨੂੰ ਵੀ ਹਰੇਕ ਚੀਜ਼ ਦੀ ਲੋੜ ਹੁੰਦੀ ਹੈ, ਖਾਦ ਦੀ ਵੀ ਲੋੜ ਹੁੰਦੀ ਹੈ, ਪਾਣੀ ਧਾਣੀ ਦੀ ਟਾਈਮ ਨਾਲ ਦੇਣਾ, ਹਰੇਕ ਚੀਜ਼ ਦੀ ਲੋੜ ਹੁੰਦੀ ਹੈ। ਤੇ ਕਿਹੜੀ ਖਾਦ ਕਿਹੜੀ ਪਾਉਂਦੇ ਜਿਹਨਾਂ ਨੂੰ? ਖਾਦ ਵਰਮੀ ਕੰਪੋਸਟ ਜਾਂ ਛਿਲਕੇ ਹੁੰਦੇ ਜਿਸ ਤਰ੍ਹਾਂ ਫਰੂਟਾਂ ਦੇ, ਉਹ ਪਾਉਣੇ ਆ, ਤੇ ਪਿਆਜ਼ ਦੇ ਛਿਲਕੇ ਆ, ਸਬਜ਼ੀਆਂ ਜਿਸ ਤਰ੍ਹਾਂ ਧੋਈ ਦੇ, ਚੌਲ ਚਾਲ ਧੋਈ ਦੇ, ਦਾਲ ਧੋਈ ਦੀ, ਉਹਨਾਂ ਦਾ ਪਾਣੀ ਸੇਵ ਕਰਕੇ ਉਹ ਪਾਉਣਾ ਵਾ। ਜਿਸ ਤਰ੍ਹਾਂ ਹੁਣ ਬਾਰਿਸ਼ ਜ਼ਿਆਦਾ ਹੋਣ ਲਈ ਤੇ ਗਮਲਿਆਂ 'ਚ ਪਾਣੀ ਜ਼ਿਆਦਾ ਹੋ ਗਿਆ, ਉਹ ਫਿਰ ਕੱਢ ਲੈਣਾ ਵਾ, ਤੇ ਜ਼ਿਆਦਾ ਪਾਣੀ ਵੀ ਨਹੀਂ ਚੰਗਾ, ਫਿਰ ਉਹ ਸੇਵ ਕਰਕੇ ਤੇ ਬਾਅਦ ਵਿੱਚ ਜਦੋਂ ਮਤਲਬ ਮਿੱਟੀ ਡਰਾਈ ਹੋ ਗਈ ਥੋੜ੍ਹੀ ਜਿਹੀ, ਤੇ ਫਿਰ ਉਹਦੇ ਵਿੱਚ ਪਾਉਣਾ ਪਾਣੀ, ਫਿਰ ਦੁਬਾਰਾ ਦੇ ਦੇਣਾ ਇਹੋ ਹੀ। ਕਿੰਨੀ ਕੁ ਆਕਸੀਜਨ ਮਿਲਦੀ ਹੈ ਜਿਹਨਾਂ ਦੇ? ਆਕਸੀਜਨ ਤਾਂ ਬਹੁਤ ਮਿਲਦੀ ਜੇ, ਇਹ ਤਾਂ ਆਪਣੀ ਚਲੋ ਖੇਚਲ ਖੇਚਲ ਨਹੀਂ ਕਰਦੀ ਦੁਨੀਆ, ਖੇਚਲ ਕਰਕੇ ਕਟਾਈ ਕਰੀ ਜਾਣ ਡੇ, ਰੁੱਖ ਸਾਰੇ ਸਾੜੀ ਜਾਣ ਡੇ, ਤਰਾਗਾਂ ਲਾ ਲਾ ਕੇ, ਇਹ ਧਿਆਨ ਦੇਣਾ ਚਾਹੀਦਾ ਇਹਦੇ ਵਿੱਚ, ਵਾਤਾਵਰਨ ਵਿੱਚ ਚਲੋ ਹਰਿਆਲੀ ਹੋਣੀ ਚਾਹੀਦੀ, ਆਕਸੀਜਨ ਚਾਹੀਦੀ ਆ। ਘਰ ਵੱਲੋਂ ਕਿੰਨੀ ਕੁ ਸਪੋਰਟ ਹੈ ਤੁਹਾਨੂੰ ਤੁਸੀਂ ਇਹ ਸੇਵਾ? ਘਰ ਵੱਲੋਂ ਤੇ ਪੂਰੀ ਸਪੋਰਟ ਜੀ, ਹਰ ਇੱਕ ਪਰਿਵਾਰਕ ਮੈਂਬਰ ਸਾਰੇ ਪੂਰੀ ਸਪੋਰਟ ਕਰਦੇ ਜੀ। ਆਮ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਆਮ ਲੋਕਾਂ ਨੂੰ ਇਹੋ ਹੀ ਵੀ ਜਿੰਨਾ ਵੀ ਥੋੜ੍ਹਾ ਥੋੜ੍ਹਾ ਥਾਂ ਹੈਗਾ, ਗਮਲੇ ਤੁਸੀਂ ਵੱਧ ਤੋਂ ਵੱਧ ਲਾਓ, ਬੂਟੇ ਲਾਓ ਵਿੱਚ, ਵੀ ਜੇ ਨਹੀਂ ਜਗ੍ਹਾ ਹੈਗੀ ਤੇ ਗਮਲੇ ਵੀ ਲੱਗ ਸਕਦੇ ਨੇ, ਸਟੈਂਡ ਬਣਵਾ ਕੇ ਉੱਤੇ ਤੁਸੀਂ ਗਮਲੇ ਜਿੰਨੇ ਮਰਜ਼ੀ ਰੱਖ ਸਕਦੇ ਜੇ। ਇਹ ਵੀ ਹਰਿਆਲੀ ਜਿਹੜੀ ਬਹੁਤ ਜ਼ਰੂਰੀ ਹੈ, ਹਰਿਆਲੀ ਨਾਲ ਜੁੜੋ, ਤੁਸੀਂ ਆਕਸੀਜਨ ਲਓ। ਤੇ ਅਸੀਂ ਇਹੋ ਹੀ ਚਾਹੁੰਦੇ ਹਾਂ ਵੀ ਮਤਲਬ ਹਰੇਕ ਨੂੰ ਫਲ ਵਾਲੇ ਬੂਟੇ, ਦੂਜੇ ਬੂਟੇ, ਜਿੰਨੀ ਵੀ ਜਗ੍ਹਾ ਸਾਡੇ ਕੋਲ ਜਗ੍ਹਾ ਥੋੜ੍ਹੀ, ਪਰ ਫਿਰ ਵੀ ਅਸੀਂ ਗਮਲਿਆਂ ਦੇ ਵਿੱਚ ਲਾਏ ਨੇ ਬੂਟੇ, ਲਾਉਣੇ ਚਾਹੀਦੇ ਵੱਧ ਤੋਂ ਵੱਧ। ਇਹ ਬਹੁਤ ਮਤਲਬ ਵਧੀਆ ਆਕਸੀਜਨ ਦਿੰਦੇ ਨੇ, ਹਰਿਆਲੀ ਆ, ਵਧੀਆ ਲੱਗਦੀ ਘਰ ਦੇ ਵਿੱਚ ਜਦੋਂ ਉੱਠੀ ਦਾ ਸਵੇਰੇ, ਹਰਿਆਲੀ ਵਧੀਆ ਲੱਗਦੀ ਜਦੋਂ ਉੱਠੀ ਦਾ, ਵੱਧ ਬਹੁਤ ਵਧੀਆ ਲੱਗਦੀ। ਕਿੰਨੇ ਪ੍ਰਕਾਰ ਦੇ ਲਾਏ ਨੇ? ਇਹ ਤੇ ਕੋਈ ਗਿਣਤੀ ਨਹੀਂ ਕਿੰਨੇ ਪ੍ਰਕਾਰ ਦੇ, ਮੈਨੂੰ ਯਾਦ ਨਹੀਂ ਹੈਗਾ ਕਿੰਨੇ ਪ੍ਰਕਾਰ ਦੇ। ਤੇ ਬਹੁਤ ਵਧੀਆ ਹਰੇਕ ਪ੍ਰਕਾਰ ਦੇ, ਉਤਰਾ ਮਹਿੰਗੇ ਤੋਂ ਮਹਿੰਗੇ ਅਸੀਂ ਬੂਟੇ ਲਿਆ ਕੇ ਲਾਏ ਨੇ, ਤੇ ਚਾਹੀਦਾ ਹਰੇਕ ਨੂੰ। ਕਿੰਨੀ ਕੁ ਮਿਹਨਤ? ਮਿਹਨਤ ਤਾਂ ਬਹੁਤ ਜ਼ਿਆਦਾ, ਜੇ ਬੱਚਿਆਂ ਵਾਂਗ ਹੀ ਆ, ਜਿਸ ਤਰ੍ਹਾਂ ਬੱਚੇ ਪਾਲੀ ਦੇ ਇਸੇ ਤਰ੍ਹਾਂ ਇਹਨਾਂ ਨੂੰ ਵੀ ਹਰੇਕ ਚੀਜ਼ ਦੀ ਲੋੜ ਹੁੰਦੀ ਹੈ, ਖਾਦ ਦੀ ਵੀ ਲੋੜ ਹੁੰਦੀ ਹੈ, ਪਾਣੀ ਧਾਣੀ ਦੀ ਟਾਈਮ ਨਾਲ ਦੇਣਾ, ਹਰੇਕ ਚੀਜ਼ ਦੀ ਲੋੜ ਹੁੰਦੀ ਹੈ। ਕਿਹੜੀ ਖਾਦ ਕਿਹੜੀ ਪਾਉਂਦੇ ਜਿਹਨਾਂ ਨੂੰ? ਖਾਦ ਵਰਮੀ ਕੰਪੋਸਟ ਜਾਂ ਛਿਲਕੇ ਹੁੰਦੇ ਜਿਸ ਤਰ੍ਹਾਂ ਫਰੂਟਾਂ ਦੇ, ਉਹ ਪਾਉਣੇ ਆ, ਤੇ ਪਿਆਜ਼ ਦੇ ਛਿਲਕੇ ਆ, ਸਬਜ਼ੀਆਂ ਜਿਸ ਤਰ੍ਹਾਂ ਧੋਈ ਦੇ, ਚੌਲ ਚਾਲ ਧੋਈ ਦੇ, ਦਾਲ ਧੋਈ ਦੀ, ਉਹਨਾਂ ਦਾ ਪਾਣੀ ਸੇਵ ਕਰਕੇ ਉਹ ਪਾਉਣਾ ਵਾ। ਜਿਸ ਤਰ੍ਹਾਂ ਹੁਣ ਬਾਰਿਸ਼ ਜ਼ਿਆਦਾ ਹੋਣ ਲਈ ਤੇ ਗਮਲਿਆਂ 'ਚ ਪਾਣੀ ਜ਼ਿਆਦਾ ਹੋ ਗਿਆ, ਉਹ ਫਿਰ ਕੱਢ ਲੈਣਾ ਵਾ, ਤੇ ਜ਼ਿਆਦਾ ਪਾਣੀ ਵੀ ਨਹੀਂ ਚੰਗਾ, ਫਿਰ ਉਹ ਸੇਵ ਕਰਕੇ ਤੇ ਬਾਅਦ ਵਿੱਚ ਜਦੋਂ ਮਤਲਬ ਮਿੱਟੀ ਡਰਾਈ ਹੋ ਗਈ ਥੋੜ੍ਹੀ ਜਿਹੀ, ਤੇ ਫਿਰ ਉਹਦੇ ਵਿੱਚ ਪਾਉਣਾ ਪਾਣੀ, ਫਿਰ ਦੁਬਾਰਾ ਦੇ ਦੇਣਾ ਇਹੋ ਹੀ। ਕਿੰਨੀ ਕੁ ਆਕਸੀਜਨ ਮਿਲਦੀ ਹੈ ਜਿਹਨਾਂ ਦੇ? ਆਕਸੀਜਨ ਤਾਂ ਬਹੁਤ ਮਿਲਦੀ ਜੇ, ਇਹ ਤਾਂ ਆਪਣੀ ਚਲੋ ਖੇਚਲ ਖੇਚਲ ਨਹੀਂ ਕਰਦੀ ਦੁਨੀਆ, ਖੇਚਲ ਕਰਕੇ ਕਟਾਈ ਕਰੀ ਜਾਣ ਡੇ, ਰੁੱਖ ਸਾਰੇ ਸਾੜੀ ਜਾਣ ਡੇ, ਤਰਾਗਾਂ ਲਾ ਲਾ ਕੇ, ਇਹ ਧਿਆਨ ਦੇਣਾ ਚਾਹੀਦਾ ਇਹਦੇ ਵਿੱਚ, ਵਾਤਾਵਰਨ ਵਿੱਚ ਚਲੋ ਹਰਿਆਲੀ ਹੋਣੀ ਚਾਹੀਦੀ, ਆਕਸੀਜਨ ਚਾਹੀਦੀ ਆ। ਘਰ ਵੱਲੋਂ ਕਿੰਨੀ ਕੁ ਸਪੋਰਟ ਹੈ ਤੁਹਾਨੂੰ ਤੁਸੀਂ ਇਹ ਸੇਵਾ? ਘਰ ਵੱਲੋਂ ਤੇ ਪੂਰੀ ਸਪੋਰਟ ਜੀ, ਹਰ ਇੱਕ ਪਰਿਵਾਰਕ ਮੈਂਬਰ ਸਾਰੇ ਪੂਰੀ ਸਪੋਰਟ ਕਰਦੇ ਜੀ।
ਆਮ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਆਮ ਲੋਕਾਂ ਨੂੰ ਇਹੋ ਹੀ ਵੀ ਜਿੰਨਾ ਵੀ ਥੋੜਾ ਥੋੜਾ ਥਾਂ ਹੈਗਾ ਗਮਲੇ ਤੁਸੀਂ ਵੱਧ ਤੋਂ ਵੱਧ ਲਾਓ, ਬੂਟੇ ਲਾਓ ਵਿੱਚ, ਵੀ ਜੇ ਨਹੀਂ ਜਗ੍ਹਾ ਹੈਗੀ ਤੇ ਗਮਲੇ ਵੀ ਲੱਗ ਸਕਦੇ ਨੇ, ਸਟੈਂਡ ਬਣਵਾ ਕੇ ਉੱਤੇ ਤੁਸੀਂ ਗਮਲੇ ਜਿੰਨੇ ਮਰਜ਼ੀ ਰੱਖ ਸਕਦੇ ਜੇ। ਇਹ ਹੈ ਵੀ ਹਰਿਆਲੀ ਜਿਹੜੀ ਬਹੁਤ ਜ਼ਰੂਰੀ ਹੈ, ਹਰਿਆਲੀ ਨਾਲ ਜੁੜੋ ਤੁਸੀਂ, ਆਕਸੀਜਨ ਲਓ।